ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋਅ। ਤੁਹਾਡਾ ਮੇਰਾ ਸਾਥ ਹੁੰਦਾ ਹੈ ਮੰਡੇ ਟੂ ਫਰਾਈਡੇ ਸਵੇਰੇ 8 ਤੋਂ ਲੈ ਕੇ 9 ਵਜੇ ਤੱਕ, ਮੰਡੇ ਟੂ ਥਰਸਡੇ ਰਾਤ ਨੂੰ 10 ਤੋਂ ਲੈ ਕੇ 11 ਵਜੇ ਤੱਕ, ਅਤੇ ਸੈਟਰਡੇ ਨੂੰ ਦੋ ਵਾਰੀ ਸਾਂਝ ਪਾਉਂਦੇ ਹਾਂ, ਦੁਪਹਿਰ 2 ਤੋਂ ਲੈ ਕੇ 3 ਵਜੇ ਤੱਕ ਅਤੇ ਰਾਤ 8 ਤੋਂ ਲੈ ਕੇ 9 ਵਜੇ ਤੱਕ। ਜਿਵੇਂ ਕਿ ਸਭ ਨੂੰ ਹੀ ਪਤਾ ਹੈ ਕਿ ਮੇ 14 ਨੂੰ BC ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ, ਜਿਸ ਵਿੱਚ ਕਿ ਵੱਖਰੀ ਵੱਖਰੀ ਪਾਰਟੀ ਦੇ ਉਮੀਦਵਾਰ ਜਿਹੜੇ ਹਨ ਅੱਗੇ ਆ ਰਹੇ ਨੇ। ਅੱਜ ਤੁਹਾਨੂੰ ਲੈ ਕੇ ਚਾਹਾਂਗੇ ਅਸੀਂ ਸਰੀ-ਵਾਲੀ ਦੇ ਵਿੱਚ, ਜਿੱਥੇ ਕਿ ਲਿਬਰਲ ਪਾਰਟੀ ਦੇ ਉਮੀਦਵਾਰ ਕੁਲਜੀਤ ਕੌਰ ਜੀ, ਜਿਹੜੇ ਕਿ ਇੱਕ ਲੰਮੇ ਸਮੇਂ ਤੋਂ ਨਾਮਵਰ ਹੋਸਟ ਵਜੋਂ ਟਾਕ ਸ਼ੋਅ ਹੋਸਟ ਵਜੋਂ ਜਾਂਦੇ ਨੇ, ਉਹਨਾਂ ਨੇ ਇਹ ਫੈਸਲਾ ਕੀਤਾ ਕਿ ਚੋਣ ਵਿੱਚ ਆ ਕੇ ਉਹ ਆਪਣੀ ਪਾਰਟੀ ਨੂੰ ਰਿਪ੍ਰੈਜੈਂਟ ਕਰਨਗੇ ਅਤੇ ਜਿਹੜੇ ਲੋਕਾਂ ਦੇ ਮੁੱਦੇ ਨੇ ਉਹਨਾਂ ਨੂੰ ਅੱਗੇ ਉਭਾਰਨਗੇ। ਸੋ ਅੱਜ ਗੱਲਬਾਤ ਕਰਦੇ ਹਾਂ ਕੁਲਜੀਤ ਕੌਰ ਜੀ ਨਾਲ। ਜੀ ਹਾਂ ਜੀ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ ਹਰਪ੍ਰੀਤ, ਹਮੇਸ਼ਾ ਤੁਹਾਨੂੰ ਮਿਲ ਕੇ ਅੱਛਾ ਲੱਗਦਾ। ਥੈਂਕ ਯੂ ਜੀ। ਸੋ ਕੁਲਜੀਤ ਜੀ, ਹੁਣ ਕਾਫੀ ਸਮੇਂ ਤੋਂ ਤੁਸੀਂ ਡੋਰ ਨੋਕਿੰਗ ਕਰ ਰਹੇ ਹੋ, ਕੰਪੇਨਿੰਗ ਦੇ ਵਿੱਚ ਬੜਾ ਮਸਰੂਫ ਹੈਗੇ ਹੋ। ਸੋ ਇੱਕ ਟਾਕ ਸ਼ੋਅ ਦੇ ਹੋਸਟ ਦੀ ਜ਼ਿੰਦਗੀ ਅਤੇ ਹੁਣ ਇੱਕ ਜਿਹੜਾ ਲੋਕਾਂ ਕੋਲ ਜਾ ਕੇ ਉਹਨਾਂ ਦੇ ਅਹਿਮ ਮੁੱਦਿਆਂ ਦੇ ਉੱਤੇ ਵਿਚਾਰ ਵਟਾਂਦਰਾ ਕਰਨਾ, ਕਿਵੇਂ ਲੱਗ ਰਿਹਾ ਅਤੇ ਕਿਹੜੇ ਮੁੱਦੇ ਅੱਗੇ ਆ ਰਹੇ ਨੇ? ਮੈਨੂੰ ਇਸ ਤਰ੍ਹਾਂ ਲੱਗਦਾ ਫਰਕ ਕੋਈ ਨਹੀਂ ਹੈ। ਅੱਗੇ ਮੈਂ ਸਟੂਡੀਓ ਦੇ ਵਿੱਚ ਬੈਠ ਕੇ ਉਹ ਕੰਮ ਕਰਦੀ ਸੀ, ਹੁਣ ਮੈਂ ਹਰ ਇੱਕ ਦੇ ਦਰਵਾਜ਼ੇ 'ਤੇ ਜਾ ਕੇ ਗੱਲਬਾਤ ਹੈ ਜਿਹੜੀ ਕਰਦੀ ਹਾਂ। ਸਮੱਸਿਆ ਜਿਹੜੀ ਹੈ ਉਹਨੂੰ ਸੁਣਨਾ, ਉਹਦਾ ਸੁਲਝਾ ਲੱਭਣ ਦੇ ਵਿੱਚ ਆਮ ਇਨਸਾਨ ਦੇ ਨਾਲ ਖੜ ਕੇ ਉਸ ਨੂੰ ਸਮਝ ਕੇ ਔਰ ਉਸਦਾ ਸੁਲਝਾ ਲੱਭਣ ਦੇ ਵਿੱਚ ਹਮੇਸ਼ਾ ਹੀ ਮੈਨੂੰ ਖੁਸ਼ੀ ਮਹਿਸੂਸ ਹੁੰਦੀ ਰਹੀ ਹੈ। ਉਸ ਉਸੇ ਤਰੀਕੇ ਨਾਲ ਹੁਣ ਹੁੰਦਾ। ਅੱਗੇ ਮੈਨੂੰ ਆਵਾਜ਼ ਮੈਂ ਸੁਣਦੀ ਸੀ ਅਤੇ ਆਵਾਜ਼ ਦੇ ਨਾਲ ਮੈਨੂੰ ਆਵਾਜ਼ ਪਹਿਚਾਣੀ ਜਾਂਦੀ ਸੀ, ਹੁਣ ਇਹ ਵਕਤ ਹੈ ਕਿ ਉਸ ਆਵਾਜ਼ ਦੇ ਨਾਲ ਜਿਹੜਾ ਚਿਹਰਾ ਉਹ ਵੀ ਲੱਗਦਾ ਅਤੇ ਬੜਾ ਅੱਛਾ ਲੱਗਦਾ। ਸੋ ਆਊਟਸਪੋਕਨ ਟਾਕ ਸ਼ੋਅ ਹੋਸਟ ਵਜੋਂ ਜੋ ਤੁਸੀਂ ਆਪਣੀ ਸੇਵਾ ਨਿਭਾਈ ਪਿਛਲੇ ਸਮੇਂ ਦੌਰਾਨ, ਹੁਣ ਜਦੋਂ ਤੁਸੀਂ ਜਿਸ ਤਰ੍ਹਾਂ ਕਿਹਾ ਲੋਕਾਂ ਨਾਲ ਇੰਟਰੈਕਸ਼ਨ ਜਦੋਂ ਹੁੰਦੀ ਹੈ ਅਤੇ ਮੁੱਦੇ ਜਿਹੜੇ ਆ ਰਹੇ ਨੇ, ਖਾਸ ਤੌਰ 'ਤੇ ਸਰੀ-ਵਾਲੀ ਜਿਹੜਾ ਤੁਹਾਡਾ ਇਲਾਕਾ ਜਿੱਥੋਂ ਤੁਸੀਂ ਚੋਣ ਲੜ ਰਹੇ ਹੋ, ਇਹਦੇ ਸੰਬੰਧ ਵਿੱਚ ਥੋੜ੍ਹਾ ਜਿਹਾ ਦੱਸੋ ਕਿ ਇੱਥੋਂ ਦੀ ਕੋਈ ਪਿਕੁਲੈਰਿਟੀਜ਼ ਡਿਫਰੈਂਟ ਨੇ ਐਜ਼ ਕੰਪੇਅਰ ਟੂ ਅਦਰ ਰਾਈਡਿੰਗਸ? ਹਾਂਜੀ, ਇਹਦੇ ਵਿੱਚ ਕਾਫੀ ਜ਼ਿਆਦਾ ਫਰਕ ਹੈ ਕਿਉਂਕਿ ਵਾਲੀ ਕਿਹੋ ਜਿਹਾ ਰਿਹਾ ਸਰੀ-ਵਾਲੀ, ਜਿਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀ ਆਈ ਔਰ ਬੜੀ ਤੇਜ਼ੀ ਨਾਲ ਤਬਦੀਲੀ ਆਈ ਹੈ। ਵਾਲੀ ਦੇ ਬਾਰੇ ਅਕਸਰ ਧਾਰਨਾ ਰਹੀ ਹੈ ਕਿ ਵਾਲੀ ਤਾਂ ਬੜੇ ਗਰੀਬਾਂ ਦਾ ਇਲਾਕਾ ਹੈ ਜਾਂ ਫਿਰ ਉਹ ਸਿਰਫ ਔਰ ਸਿਰਫ ਇੱਕ ਹੀ ਪਾਰਟੀ ਦੇ ਮਦਈ ਲੋਕਾਂ ਦਾ ਇਲਾਕਾ ਹੈ, ਜਿਹੜਾ ਕਿ ਮੇਰੇ ਤਜਰਬੇ ਦੇ ਮੁਤਾਬਕ ਉਸ ਦੇ ਵਿੱਚ ਬੜੀ ਕਾਫੀ ਜ਼ਿਆਦਾ ਤਬਦੀਲੀ ਆਈ ਹੈ। ਜਿਸ ਤਰ੍ਹਾਂ ਤੁਹਾਨੂੰ ਪਤਾ ਵਾਲੀ 148 ਅਤੇ 96 ਤੋਂ ਲੈ ਕੇ ਨੌਰਥ ਵਾਲੇ ਪਾਸੇ ਨੂੰ ਚਲੀ ਜਾਂਦੀ ਹੈ, ਇਸ ਬਿਲਕੁਲ ਅਖੀਰ ਤੱਕ ਪਾਣੀ ਤੱਕ। ਸੋ ਇਹਦੇ ਵਿੱਚ ਅਗਰ ਤੁਸੀਂ ਦੇਖੋ ਸਿਟੀ ਸੈਂਟਰ ਵਿੱਚ ਆਉਂਦਾ ਹੈ ਔਰ ਸਿਟੀ ਸੈਂਟਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿੰਨੀਆਂ ਤਬਦੀਲੀਆਂ ਨੇ ਦੱਸਣ, ਜੇ ਤੁਸੀਂ ਕੋਈ ਦੱਸਣ ਦੀ ਬਜਾਏ ਕੋਈ ਬੰਦਾ ਸੁਣੇ ਵੀ ਜਾਂ ਕਦੇ ਉੱਧਰੋਂ ਦੀ ਨਿਕਲਿਆ ਹੋਵੇ, ਉਹਨੇ ਆਪਣੇ ਆਪ ਮਹਿਸੂਸ ਕੀਤਾ ਬਸੋਂ ਉੱਥੇ ਸੰਘਣੀ ਹੋਈ ਹੈ। ਜਿਹੜਾ ਸਿੰਗਲ ਫੈਮਿਲੀ ਡਿਟੈਚ ਦੀ ਜਿਹੜੀ ਪਰਿਭਾਸ਼ਾ ਉਹ ਤਬਦੀਲ ਹੋ ਕੇ ਹਾਈ ਰਾਈਜ਼ਸ ਕੰਡੋਮੀਨੀਅਮਸ ਨੇ ਬਹੁਤ ਜ਼ਿਆਦਾ ਥਾਂ ਲੈ ਲਈ ਹੈ ਅਤੇ ਉਸ ਦੇ ਨਾਲ ਨਾਲ ਤੁਸੀਂ ਦੇਖੋ ਸਾਡਾ ਪੋਰਟਮੈਨ ਬ੍ਰਿਜ ਵੀ ਆਇਆ ਹੈ ਨਾ, ਅਤੇ ਉਹਦੇ ਨਾਲ ਜਿਹੜਾ ਡੈਮੋਗ੍ਰਾਫਿਕਸ ਨੇ ਉਹ ਬੜੇ ਬਦਲੇ ਨੇ ਔਰ ਸਰੀ ਦਾ ਇੱਕੋ ਹਿੱਸਾ ਜਿਹਦੇ ਵਿੱਚ ਬੜੇ ਵਧੀਆ ਵਿਊ ਦੇ ਨਾਲ ਵੱਡੀਆਂ ਲਾਟਸ ਨੇ, ਲਾਟਸ ਵਾਲੇ ਘਰ ਨੇ, ਉਹਨਾਂ ਦੇ ਵਿੱਚ ਹੁਣ ਜਿਹੜੀ ਪੰਜਾਬੀਆਂ ਦੀ ਵਸੋਂ ਹੈ ਉਹ ਵੀ ਬਹੁਤ ਜ਼ਿਆਦਾ ਸੰਘਣੀ ਹੋ ਰਹੀ ਹੈ। ਖਾਲਸਾ ਸਕੂਲ ਉੱਥੇ ਆਇਆ ਅਤੇ ਉਹਦੇ ਨਾਲ ਜਿਹੜੇ ਡੈਮੋਗ੍ਰਾਫਿਕਸ ਨੇ ਉਹ ਪਹਿਲਾਂ ਵਾਲੇ ਨਹੀਂ ਰਹੇ ਔਰ ਪਿਛਲੇ 4 ਵਰ੍ਹਿਆਂ ਦੇ ਵਿੱਚ ਹੋਰ ਨਾਲ ਦੀ ਨਾਲ ਦੇਖੋ ਤੁਸੀਂ ਸਿਟੀ ਸੈਂਟਰ ਦੇ ਵਿੱਚ ਆਪਣੀ ਲਾਇਬ੍ਰੇਰੀ ਅੱਜ ਦੀ ਜਿਹੜੀ ਪਛਾਣ ਹੈ ਉਹਦੀ ਨਿਸ਼ਾਨਦੇਹੀ ਕਰਦੀ ਹੈ ਅਤੇ ਨਾਲ ਦੀ ਨਾਲ ਹੋਰ ਜਿਹੜੀਆਂ ਗਤੀਵਿਧੀਆਂ ਹੋ ਰਹੀਆਂ ਨੇ, SFU ਯੂਨੀਵਰਸਿਟੀ ਹੈ ਜਿਹਦੇ ਵਿੱਚ ਅੱਗੇ ਵਾਲੀ ਦੇ ਵਿੱਚ ਜਿਹੜੇ ਸੀ ਯੰਗ ਜਨਰੇਸ਼ਨ ਸੀ ਉਹ ਬਹੁਤ ਜ਼ਿਆਦਾ ਘੱਟ ਸੀ, ਪਰ ਹੁਣ ਯੂਨੀਵਰਸਿਟੀ ਦੀ ਆਮਦ ਦੇ ਨਾਲ ਤੁਸੀਂ ਦੇਖੋ ਸਰੀ ਸਾਡੀ ਸੈਂਟਰਲ ਜਿਹੜੀ ਮਾਲ ਹੈ ਉਹਦੇ ਵਿੱਚ ਕਿੰਨੀ ਜ਼ਿਆਦਾ ਤਬਦੀਲੀ ਆਈ। ਉਹਦੇ ਇੱਕ ਤਰੀਕੇ ਨਾਲ ਸਰੀ ਦਾ ਡਾਊਨ ਟਾਊਨ ਵੜ ਰਿਹਾ, ਗੜ ਬਣ ਰਿਹਾ। ਬਿਲਕੁਲ, ਇਸ ਵਿੱਚ ਕੋਈ ਸ਼ੱਕ ਨਹੀਂ ਇਹਦੇ ਨਾਲ ਵੱਡੀ ਤਬਦੀਲੀ ਹੋ ਰਹੀ ਹੈ। ਤੁਸੀਂ ਕਿਹਾ ਕਿ ਵੈਂਕੂਵਰ ਤੋਂ ਬਾਅਦ ਜੇਕਰ ਕਿਸੇ ਸ਼ਹਿਰ ਦੀ ਗੱਲ ਆਉਂਦੀ ਹੈ ਤਾਂ ਸਰੀ ਦਾ ਇਹ ਇਲਾਕਾ ਜਿਹਦੇ ਨੂੰ ਤੁਸੀਂ ਰਿਪ੍ਰੈਜ਼ੈਂਟ ਕਰਨ ਦੀ ਸੋਚ ਰਹੇ ਹੋ, ਉੱਥੇ ਇਹ ਪਰਿਵਰਤਨ ਹੁਣ ਤਾਂ ਕਰ ਰਹੀ ਹਾਂ। ਬਿਲਕੁਲ ਜੀ, ਕਰ ਰਹੀ ਹੈ ਜੀ, ਨੋ ਡਾਊਟ ਅਬਾਊਟ ਇਟ, ਹੁਣ ਤਾਂ ਕਰ ਰਹੀ ਹਾਂ। ਸੋ ਉਹਦੇ ਨਾਲ ਇਸ ਤਰ੍ਹਾਂ ਵੀ ਜਦੋਂ ਡੈਮੋਗ੍ਰਾਫਿਕਸ ਤਬਦੀਲ ਹੁੰਦੇ ਨੇ ਤਾਂ ਉਹਨਾਂ ਦੇ ਜਿਹੜੇ ਬਸਿੰਦੇ ਨੇ ਉਹ ਵੀ ਤਬਦੀਲ ਹੁੰਦੇ ਆ, ਜਦੋਂ ਬਸਿੰਦੇ ਤਬਦੀਲ ਹੁੰਦੇ ਆ ਸੁਭਾਵਕ ਹੈ ਉਹਨਾਂ ਦੀਆਂ ਸੋਚਾਂ ਅਤੇ ਧਾਰਨਾਵਾਂ ਨੇ ਉਹਨਾਂ 'ਚ ਵੀ ਤਬਦੀਲੀ ਆਉਂਦੀ ਆ। ਸੋ ਜਿਹੜੀਆਂ ਹਾਈ ਰਾਈਜ਼ਸ ਨੇ ਹੁਣ ਉਹਨਾਂ ਦੇ ਵਿੱਚ ਤਕਰੀਬਨ 50,000 or 60,000 ਪਲੱਸ ਇਨਕਮ ਵਾਲੇ ਜਿਹੜੇ ਪਰਿਵਾਰ ਨੇ ਉਹ ਰਹਿੰਦੇ ਨੇ, ਯੰਗ ਜਨਰੇਸ਼ਨ ਹੈ ਔਰ ਉਹਨਾਂ ਦਾ ਜ਼ਰੂਰੀ ਨਹੀਂ ਜਿਹੜੀ ਧਾਰਾਵਾਹਿਕ ਸੋਚ ਹੈ ਉਸ ਦੇ ਹੀ ਉਹ ਮਦਈ ਹੋਣ। ਸੋ ਅੱਜ
ਮੁੜਕੇ ਗੱਲ ਆਉਂਦੀ ਹੈ ਜਿੱਧਰ ਨੇ ਪਾਸੇ ਨੂੰ ਮਰਜ਼ੀ ਘੁੰਮ ਲਓ ਅਤੇ ਆਰਥਿਕਤਾ 'ਤੇ ਆਉਂਦੀ ਹੈ। ਆਰਥਿਕ ਪੱਖ ਤੋਂ ਕਿੱਥੇ ਸਥਿਰਤਾ ਹੈ, ਕਿੱਥੇ ਵਾਧੇ ਦੀ ਸੰਭਾਵਨਾ ਹੈ, ਜਿਹੜੇ ਸਾਡੇ ਵਸਿੰਦੇ ਨੇ ਉਹ ਉਸਦੇ ਵੱਲ ਨੂੰ ਤਵੱਜੋ ਦਿੰਦੇ ਨੇ। ਔਰ ਵੋਲੀ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਔਰ ਮੈਂ ਇਸ ਗੱਲ ਦੇ ਉੱਤੇ ਖੁਸ਼ੀ ਅਤੇ ਮਾਣ ਵੀ ਮਹਿਸੂਸ ਕਰਦੀ ਹਾਂ। ਹਾਲੈਂਡ ਪਾਰਕ ਇੱਕ ਇਹੋ ਜਿਹੀ ਥਾਂ ਹੈ ਜਿਹੜੀ ਮੇਰੀ ਰਾਈਡਿੰਗ ਦੇ ਬਿਲਕੁਲ ਸੈਂਟਰ ਦੇ ਵਿੱਚ ਹੈ, ਜਿੱਥੇ ਹਰ ਪ੍ਰਕਾਰ ਦੀਆਂ ਸਮਾਜਿਕ, ਸੱਭਿਆਚਾਰਕ ਅਤੇ ਪਰਿਵਾਰਕ, ਮਨੋਰੰਜਨ ਜਾਂ ਫਿਰ ਸਮਾਜ ਦੇ ਵਿੱਚ ਵਾਪਰ ਰਿਹਾ ਜੋ ਵੀ ਕੁਝ ਹੈ ਉਸਦੇ ਬਾਰੇ ਸਵਾਲ ਉਠਾਉਣ ਦੇ ਲਈ ਉਹ ਇੱਕ ਥਾਂ ਹੈ। ਬਿਲਕੁਲ ਜੀ, ਚੰਡੀਗੜ੍ਹ ਦੇ ਮਟਕੇ ਚੌਂਕ ਵਾਂਗੂ ਤੁਸੀਂ ਹਾਲੈਂਡ ਪਾਰਕ ਨੂੰ ਬਣਾ ਦਿੱਤਾ ਹੈ। ਬਿਲਕੁਲ ਜੀ, ਹੁਣ ਗੱਲ ਆਉਂਦੀ ਹੈ ਕਿ ਜਿਸ ਤਰ੍ਹਾਂ ਇਹ ਮੁੱਦਾ ਜਿਹੜਾ ਤੁਸੀਂ ਕਿਹਾ ਸਥਿਰਤਾ ਦੀ ਗੱਲ ਕੀਤੀ, ਇਕਨੋਮਿਕ ਫਾਊਂਡੇਸ਼ਨ ਦੀ ਤੁਸੀਂ ਗੱਲ ਕੀਤੀ, ਇਹ ਮੁੱਦਾ ਕਾਫੀ ਅੱਗੇ ਆ ਰਿਹਾ ਅਤੇ ਤੁਸੀਂ ਜਦੋਂ ਵਾਰਤਾਲਾਪ ਕਰ ਰਹੇ ਹੋ ਆਪਣੇ ਕੌਂਸਟੀਟਿਊਂਟਸ ਨਾਲ, ਤਾਂ ਉਹਨਾਂ ਦਾ ਇਸ ਪ੍ਰਤੀ ਧਿਆਨ ਹੈਗਾ ਜਾਂ ਹੋਰ ਮੁੱਦੇ ਵੀ ਉਹ ਸਮਝਦੇ ਨੇ? ਜੀ ਹਾਂ, ਬਿਲਕੁਲ, ਉਹਨਾਂ ਦਾ ਇਸ ਗੱਲ ਵੱਲ ਧਿਆਨ ਹੈ ਅਤੇ ਉਹ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਫੀਅਤ ਰੱਖਦੇ ਨੇ। ਔਰ ਡੋਰ ਨੋਕਿੰਗ ਦਾ ਜਿਹੜਾ ਮੇਰਾ ਆਪਣਾ ਤਜ਼ਰਬਾ ਬਹੁਤ ਜ਼ਿਆਦਾ ਵਧੀਆ ਰਿਹਾ, ਜਿਹੜੇ ਵੋਟਰਸ ਨੇ ਉਹਨਾਂ ਨੂੰ ਜਾ ਕੇ ਮਿਲਣਾ, ਉਹਨਾਂ ਦਾ ਇਹ ਖੁਸ਼ੀ ਦਾ ਪ੍ਰਗਟਾ ਕਰਨਾ ਕਿ ਸਾਨੂੰ ਬੜੀ ਖੁਸ਼ੀ ਹੈ, ਯੂ ਮੇਡ ਐਨ ਐਫਰਟ ਟੂ ਕਮ ਐਂਡ ਮੀਟ ਮੀ ਔਨ ਮਾਈ ਡੋਰ, ਜਿਹੜਾ ਕਿ ਕਿਸੇ ਵੀ ਤਰੀਕੇ ਨਾਲ ਮੈਂ ਆਪਣੇ ਆਪ ਮਹਿਸੂਸ ਕਰਦੀ ਹਾਂ, ਜਿਹੜਾ ਇਹ ਬਹੁਤ ਜ਼ਿਆਦਾ ਵੱਡੇ ਤਗਮਾ ਲੈਣ ਦੇ ਬਰਾਬਰ ਹੈ। ਉਹਨਾਂ ਦਾ ਇਹ ਮਿਲ ਕੇ ਖੁਸ਼ ਹੋਣਾ ਔਰ ਇਹ ਕਹਿਣਾ ਕਿ ਸਮਬਡੀ ਐਟਲੀਸਟ ਡਿਡ ਦੈਟ ਫੋਰ ਅਸ, ਉਹਦੇ ਨਾਲ ਮੈਂ ਮੇਰਾ ਆਪਣਾ ਜਿਹੜਾ ਹੁਣ ਤੱਕ ਦਾ ਤਜ਼ਰਬਾ ਰਿਹਾ ਉਹਦੇ ਵਿੱਚ ਬੜਾ ਪੋਜ਼ਿਟਿਵ ਰਿਹਾ, ਔਰ ਜਿਹੜਾ ਵਰਤਾਵ ਹੈ ਉਹ ਬੜਾ ਸਲੀਕੇਦਾਰ ਰਿਹਾ, ਰਿਸਪੌਂਸ ਬਹੁਤ ਸੋਹਣਾ ਵਧੀਆ ਆ ਰਿਹਾ। ਓਕੇ, ਔਰ ਵਰਤਾਵ ਵੀ, ਇੱਥੇ ਮੈਂ ਇੱਕ ਗੱਲ ਹੋਰ ਕਹਿਣੀ ਚਾਹਵਾਂ ਕਿ ਵਰਤਾਵ ਹੈ ਜਿਹੜਾ ਨਾ ਉਹ ਵੀ ਬਹੁਤ ਵਧੀਆ ਰਿਸਪੈਕਟੇਬਲ ਰਿਹਾ, ਇਹ ਨਹੀਂ ਹੈ ਕਿ ਸਮਬਡੀ ਸੈਡ ਮੀ ਗੈਟ ਆਊਟ ਆਫ ਮਾਈ ਪ੍ਰੋਪਰਟੀ, ਨੋ, ਦੇ ਸੈਡ ਕਿ ਵੀ ਐਪਰੀਸ਼ੀਏਟ ਯੂਅਰ ਐਫਰਟਸ ਐਂਡ ਗੁੱਡ ਲੱਕ ਐਂਡ ਵੀ ਵਿਲ ਸਪੋਰਟ ਯੂ। ਦੈਟਸ ਵੰਡਰਫੁਲ। ਗੱਲ ਹੈਗੀ ਜੀ, ਤੁਸੀਂ ਕਿਸੇ ਵੀ ਪਾਰਟੀ ਜਾਣਾ ਚਾਹੁੰਦੇ ਤੁਸੀਂ ਜਾ ਸਕਦੇ ਸੀ, ਲਿਬਰਲ ਪਾਰਟੀ ਹੀ ਤੁਸੀਂ ਕਿਉਂ ਸਮਝਦੇ ਹੋ ਕਿ ਹੁਣ ਇੱਕ ਨਈ ਦਿਸ਼ਾ ਜਿਹੜੀ ਹੈਗੀ ਉਹ ਦੇ ਸਕਦੀ ਹੈ ਇਸ ਪ੍ਰਾਂਤ ਨੂੰ? ਪਿਛਲੇ 11-12 ਵਰ੍ਹਿਆਂ ਦੀ ਆਰਥਿਕ ਸਥਿਰਤਾ ਜਿਹੜੀ ਹੈ ਉਹਦਾ ਆਪਾਂ ਨੂੰ ਉਹਦੇ ਵਿੱਚ ਚੰਗੀ ਤਰ੍ਹਾਂ ਜਾਣਦੇ ਹਾਂ ਆਪਾਂ, ਅਤੇ ਦੂਸਰੇ ਤੁਹਾਨੂੰ ਯਾਦ ਆਏ 12 ਵਰੇ ਪਹਿਲਾਂ ਨੋਟ ਟੂ ਹੈਵ ਪ੍ਰੋਵਿੰਸ ਹੈ ਜਿਹੜਾ ਉਹ ਖਿਤਾਬ ਸੀ ਆਪਣੇ ਪ੍ਰੋਵਿੰਸ ਸੂਬੇ ਨੂੰ, ਔਰ ਹੁਣ AAA ਕ੍ਰੈਡਿਟ ਰੇਟਿੰਗ ਹੈਗੀ ਆਪਣੇ ਸੂਬੇ ਦੀ, ਇਹ ਆਪਣੇ ਆਪ ਦੇ ਵਿੱਚ ਇੱਕ ਮੈਂ ਕਹਿ ਸਕਦੀ ਹਾਂ ਮਿਸਾਲ ਵੀ ਹੈ। ਔਰ ਦੂਸਰੇ ਜਿਹੜਾ BC ਲਿਬਰਲਸ ਦਾ ਏਜੰਡਾ ਉਹ ਆਪਣੇ ਸੂਬੇ ਨੂੰ ਕਰਜ਼ੇ ਤੋਂ ਮੁਕਤ ਕਰਨਾ ਜੀ, ਠੀਕ ਹੈ, ਆਰਥਿਕਤਾ ਇੱਕ ਬਹੁਤ ਵੱਡਾ ਰੋਲ ਅਦਾ ਕਰਦਾ, ਜਿਹੜੀ ਸੋਚ ਹੈ ਵੀ ਕਰਜ਼ਾ ਅਸੀਂ ਆਪਣੇ ਸਿਰ 'ਤੇ ਹੀ ਨਹੀਂ ਬਲਕਿ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਉਹਨਾਂ ਦੇ ਸਿਰ 'ਤੇ ਵੀ ਨਹੀਂ ਪੈਣ ਦੇਣਾ, ਇਹ ਮੈਨੂੰ ਆਪਣੇ ਆਪ ਦੇ ਵਿੱਚ ਸਹੀ ਲੱਗਦਾ ਕਿਉਂਕਿ ਮੈਂ ਪੇਂਡੂ ਪਰਿਵਾਰ ਦੀ ਵੀ ਜੰਪਲ ਹਾਂ ਅਤੇ ਅਸੀਂ ਕਰਜ਼ੇ ਤੋਂ ਕਦੇ ਵੀ ਕਰਜ਼ੇ ਹੇਠਾਂ ਜੀਣਾ ਜਿਹੜਾ ਉਹ ਕਦੇ ਪਸੰਦ ਨਹੀਂ ਕੀਤਾ। ਔਰ ਜੇ ਸਾਡੇ ਪਰਿਵਾਰ ਦੇ ਵਿੱਚ ਜਿਸ ਤਰ੍ਹਾਂ ਸਾਡੇ ਪਾਰਟੀ ਲੀਡਰ ਵੀ ਇਸ ਗੱਲ ਨੂੰ ਆਖਦੇ ਹੁੰਦੇ ਨੇ ਕਿ ਜੇ ਇਹ ਸਹੀ ਨਹੀਂ ਕਿ ਮਾਂ ਪਿਓ ਆਪਣੀ ਔਲਾਦ ਦੇ ਸਿਰ ਕਰਜ਼ਾ ਛੱਡ ਕੇ ਜਾਵੇ ਤਾਂ ਫਿਰ ਕੋਈ ਵੀ ਸਰਕਾਰ ਨੂੰ ਆਪਣੇ ਆਉਣ ਵਾਲੀ ਜਿਹੜੀ ਨਸਲ ਹੈ ਉਹਨਾਂ ਨੂੰ ਕਰਜ਼ਈ ਨਹੀਂ ਕਰਨਾ ਚਾਹੀਦਾ। ਔਰ ਕੋਈ ਵੀ ਪਾਰਟੀ ਜਿਹੜੀ ਅਗਾਂਹ ਵੱਧਦੀ ਹੈ, ਅਸੀਂ ਇੱਥੇ ਲੈਟਸ ਫੇਸ ਇਟ ਹਰਪ੍ਰੀਤ, ਅਸੀਂ ਆ ਹਿੰਦੁਸਤਾਨ ਛੱਡ ਕੇ ਇਸ ਮੁਲਕ ਦੇ ਵਿੱਚ ਇਸ ਕਰਕੇ ਆਏ ਹਾਂ ਕਿ ਬੈਟਰ ਪ੍ਰੋਸਪੈਰਿਟੀ ਹੋਵੇ, ਸਭ ਕੁਝ ਹੋਵੇ, ਵਧੀਆ ਆਰਥਿਕ ਜਿਹੜਾ ਸੁਖਾਲਾ ਹੈ ਸਾਡੇ ਜੀਵਨ ਦੇ ਵਿੱਚ ਸੁਖਾਲਾਪਣ ਆਵੇ, ਅਸੀਂ ਆਪਣੇ ਹੀ ਨਹੀਂ ਬਲਕਿ ਆਪਣੇ ਆਲੇ ਦੁਆਲੇ ਦੇ ਜਿਹੜਾ ਸਾਡੇ ਪਿੱਛੇ ਬੈਠਾ ਪਰਿਵਾਰ ਹੈ ਉਹਨਾਂ ਨੂੰ ਵੀ ਆਰਥਿਕ ਪੱਖ ਤੋਂ ਸੁਖਾਲਾ ਕਰ ਸਕੀਏ ਅਤੇ ਨਿਰਸੰਦੇਹ। ਅਤੇ ਦੂਜਾ ਜਿਹੜਾ ਮੈਂ ਪਿਛਲੀ ਇੰਟਰਵਿਊ ਦੇ ਵਿੱਚ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਫਰੀ ਐਂਟਰਪ੍ਰਾਈਜ਼ ਹੈ ਜਿਹੜੀ ਨਾ ਉਹਨੇ ਜਿਹੜਾ ਇੰਡੋ ਕੈਨੇਡੀਅਨ ਐਥਨਿਕ ਮੀਡੀਆ ਨੂੰ ਜਿਹੜੀਆਂ ਤਰੱਕੀਆਂ 'ਤੇ ਲਿਆਂਦਾ, ਮੈਂ ਹਮੇਸ਼ਾ ਹੀ ਉਸ ਦੇ ਲਈ ਖੁਸ਼ਗੁਜ਼ਾਰ ਵੀ ਰਹੀ ਹਾਂ ਅਤੇ ਸ਼ੁਕਰਗੁਜ਼ਾਰ ਵੀ, ਕਿਉਂਕਿ ਤੁਸੀਂ ਉਹ ਪਾਇਨੀਅਰਸ 'ਚੋਂ ਹੈਗੇ ਹੋ, ਤੁਸੀਂ ਸਭ ਕੁਝ ਦੇਖਿਆ ਇੱਥੇ ਕੀ ਸੀ ਅਤੇ ਕੀ ਨਹੀਂ ਹੋਇਆ। ਮੈਂ ਜੀ ਉਹ ਮਾੜੇ ਟਾਈਮ ਬੜੇ ਦੇਖੇ ਹੋਏ ਨੇ, ਮਰ ਮੈਂ ਨਹੀਂ ਚਾਹੁੰਦੀ ਕਿ ਦੁਬਾਰਾ ਫਿਰ ਉਹ ਵਕਤ ਆਉਣ, ਸੋ ਜ਼ਰੂਰੀ ਹੈ ਕਿ ਜਿਹੜੇ ਵੋਟਰ ਨੇ ਉਹ ਇਸ ਗੱਲ ਵੱਲ ਜ਼ਰੂਰ ਤਵੱਜੋ ਦੇਣ ਕਿ ਇਹ ਦਫ਼ਾ ਅਸੀਂ ਭਾਵੁਕ ਹੋ ਕੇ ਕੁਝ ਫੈਸਲੇ ਲੈ ਲੈਂਦੇ ਹਾਂ। ਮੇਰਾ ਸਵਾਲ ਹੈਗਾ ਕਿ ਕਿਉਂ ਤੁਹਾਨੂੰ ਵੋਟ ਪਾਈ ਜਾਏ ਅਖੀਰ ਵਿੱਚ? ਅਖੀਰ ਦੇ ਵਿੱਚ ਵੋਟ ਮੇਰੀ ਪਾਉਣ ਦਾ ਵੀ ਮੈਂ ਇਹੀ ਸਾਡੇ ਤਮਾਮ ਜਿਹੜੇ ਦੇਖਣ ਵਾਲੇ ਨੇ ਸੁਣਨ ਵਾਲੇ ਉਹਨਾਂ ਨੂੰ ਆਖਾਂਗੀ ਕਿ ਪਿਛਲੇ 24 ਤੋਂ 25 ਵਰ੍ਹਿਆਂ ਦੇ ਦੌਰਾਨ ਤੁਹਾਨੂੰ ਮੇਰੀ ਸ਼ਖਸੀਅਤ, ਮੇਰੇ ਬੋਲ ਚਾਲ ਗੱਲਬਾਤ ਔਰ ਆਪਣੇ ਕਹੇ ਦੇ ਉੱਤੇ ਪੂਰਾ ਨਿਤਰਨ ਦੀ ਜਿਹੜੀ ਪੂਰੀ ਤਰ੍ਹਾਂ ਮੈਂ ਕਹਿ ਸਕਦੀ ਵਾਕਫ ਨੇ, ਜਾਣਕਾਰੀ ਹੈ, ਸੋ ਇਸ ਖੇਤਰ ਦੇ ਵਿੱਚ ਵੀ ਮੈਂ ਜਿਸ ਗੱਲ ਦੇ ਵਿੱਚ ਯਕੀਨ ਕਰਦੀ ਹਾਂ ਔਰ ਜਿਹੜੀ ਗੱਲ ਮੇਰੇ ਜਿਹੜੀ ਕੌਂਸਟੀਚੁਐਂਸੀ ਦੇ ਵਿੱਚ ਵਸਿੰਦੇ ਨੇ ਉਹਨਾਂ ਦੀ ਲੋੜ ਹੈ,
ਉਹਨਾਂ ਦੇ ਲੋੜ ਦੇ ਲਈ, ਉਹਨਾਂ ਦੇ ਹੱਕਾਂ ਦੇ ਲਈ, ਜਿਹੜੀ ਲੜਨ ਦੇ ਲਈ ਮੇਰੇ 'ਚ ਕੈਫੀਅਤ ਹੈ ਔਰ ਮੇਰੀ ਕਮਿਟਮੈਂਟ ਹੈ ਇਸ ਦੇ ਨਾਲ ਕਿ ਵੋਲੀ ਜਿਸ ਨੂੰ ਕਿ ਐਵੇਂ ਕਿਹਾ ਗਿਆ ਉਸ ਨੂੰ ਇਹੋ ਜਿਹੀ ਲੈਂਡ ਆਫ ਓਪਰਚੁਨਿਟੀ ਹੈ ਜਿਹੜੀ ਉਸ ਦੇ ਤੌਰ ਦੇ ਉੱਤੇ ਸਾਰਿਆਂ ਦੇ ਸਾਹਮਣੇ ਪੇਸ਼ ਕੀਤਾ ਜਾਵੇ ਔਰ ਜਿਹੜੀਆਂ ਤੇਜ਼ੀ ਨਾਲ ਆ ਰਹੀਆਂ ਤਬਦੀਲੀਆਂ ਦੇ ਵਿੱਚ ਸਾਰੇ ਜਿੰਨੇ ਤਬਕੇ ਨੇ ਉਹਨਾਂ ਦੇ ਵੱਲ ਪੂਰੀ ਤਵੱਜੋ ਦਿੱਤੀ ਜਾਵੇ ਔਰ ਮੈਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਜਿਹੜੀ BC ਲਿਬਰਲ ਪਾਰਟੀ ਹੈ ਇਸ 'ਤੇ ਪੂਰੀ ਉਤਰੇਗੀ ਔਰ ਇਹੀ ਕਾਰਨ ਹੈ ਕਿ ਸਰੀ-ਵਾਲੀ ਤੋਂ ਮੈਂ ਉਹਨਾਂ ਦੀ ਕੈਂਡੀਡੇਟ ਹੈ ਔਰ ਆਪ ਸਭ ਨੂੰ ਗੁਜ਼ਾਰਿਸ਼ ਹੈ ਕਿ 14 ਮਈ ਨੂੰ ਤੁਸੀਂ ਜ਼ਰੂਰ ਆਓ, ਆ ਕੇ ਵੋਟ ਪਾਓ, ਮੈਨੂੰ ਕਾਮਯਾਬ ਬਣਾਓ ਔਰ ਐਡਵਾਂਸ ਪੋਲਿੰਗ ਹੈ ਜਿਹੜੀ 8 ਤੋਂ 11 ਮਈ ਤੱਕ ਦੀ ਉਸ ਦਾ ਜ਼ਰੂਰ ਫਾਇਦਾ ਉਠਾਓ। ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਸ਼ੁਭਕਾਮਨਾਵਾਂ। ਥੈਂਕ ਯੂ ਵੈਰੀ ਮੱਚ ਫੋਰ ਯੋਰ ਟਾਈਮ। ਥੈਂਕ ਯੂ ਹਰਪ੍ਰੀਤ। ਇਟਸ ਆਲਵੇਜ਼ ਨਾਈਸ ਟੂ ਮੀਟ ਯੂ। ਸੇਮ ਹੇਅਰ ਜੀ। ਥੈਂਕ ਯੂ। ਥੈਂਕ ਯੂ। ਸੋ ਅੱਜ ਕੁਲਜੀਤ ਕੌਰ ਜੀ ਨੇ ਜਿਹੜੀ ਗੱਲ ਕੀਤੀ ਹੈਗੀ ਜੀ, ਸਾਨੂੰ ਲੋੜ ਹੈਗੀ ਸਟਰੋਂਗ ਲੀਡਰਸ ਦੀ। ਪਾਰਟੀ ਪਾਲਿਸੀਜ਼ ਕੀ ਨੇ ਸਭ ਅਸੀਂ ਜਾਣੂ ਹਾਂ, ਲੇਕਿਨ ਉਹੀ ਵਿਅਕਤੀ ਜਿਹੜਾ ਸਾਡੀ ਆਵਾਜ਼ ਨੂੰ ਬੁਲੰਦ ਕਰ ਸਕਦਾ ਹੈ ਉਹੀ ਕਾਮਯਾਬ ਹੋ ਸਕਦਾ। ਨਹੀਂ ਤਾਂ ਅੱਜ ਅਸੀਂ ਦੇਖਦੇ ਹਾਂ ਕਿ ਇੰਡੋ ਕੈਨੇਡੀਅਨ ਭਾਈਚਾਰੇ ਜਾਂ ਪਾਕਿਸਤਾਨੀ ਕੈਨੇਡੀਅਨ ਭਾਈਚਾਰੇ ਦੇ ਨਾਂ ਦੇ ਉੱਤੇ ਕਮਿਊਨਿਟੀਜ਼ ਦੇ ਉੱਤੇ ਲੀਡਰਸ ਦਾ ਲੋਕ ਬਣ ਜਾਂਦੇ ਨੇ, ਪਰ ਕੀ ਉਹ ਜਾ ਕੇ ਸਾਡੀ ਸਹੀ ਆਵਾਜ਼ ਨੂੰ ਅੱਗੇ ਬੁਲੰਦ ਕਰਦੇ ਨੇ ਕਿ ਨਹੀਂ ਕਰਦੇ? ਇਸ ਵਾਸਤੇ ਜ਼ਰੂਰ ਸੋਚੋ ਅਤੇ 14 ਮਈ ਨੂੰ ਆਪਣੀ ਵੋਟ ਦਾ ਇਖਤਿਆਰ ਕਰੋ।